ਨਸ਼ੇ ਦੀ ਲੱਤ ਵਿੱਚ ਤਸੀ ਨਾਬਾਲਗ ਕੁੜੀ ਨੂੰ ਸਤਿਕਾਰ ਕਮੇਟੀ ਨੇ ਦਿੱਤਾ ਸਹਾਰਾ। ਭਾਵੇਂ ਪੰਜਾਬ ਸਰਕਾਰ ਵੱਲੋਂ ਪੰਜਾਬ ਅੰਦਰ ਨਸ਼ਾ ਖਤਮ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਪੰਜਾਬ ਵਿੱਚ ਨਸ਼ੇ ਦਾ ਦਰਿਆ ਉਸੇ ਤਰ੍ਹਾਂ ਵਹਿੰਦਾ ਦਿਖਾਈ ਦੇ ਰਿਹਾ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਮੋਗਾ ਵਿਖੇ, ਜਿੱਥੇ ਇੱਕ 17 ਸਾਲ ਦੀ ਕੁੜੀ ਨੂੰ ਚਿੱਟੇ ਦੀ ਲੱਤ ਲੱਗ ਗਈ ਅਤੇ ਹੁਣ ਉਸਨੇ ਇਸ ਲੱਤ ਵਿੱਚੋਂ ਬਾਹਰ ਨਿਕਲਣ ਦੇ ਲਈ ਸਤਿਕਾਰ ਕਮੇਟੀ ਨਾਲ ਸੰਪਰਕ ਕੀਤਾ, ਜਿੱਥੇ ਸਤਿਕਾਰ ਕਮੇਟੀ ਵਾਲੇ ਉਸ ਕੁੜੀ ਨੂੰ ਨਾਲ ਲੈ ਕੇ SP ਹੈੱਡਕੁਆਰਟਰ ਪੁੱਜੇ, ਜਿੱਥੇ ਕੁੜੀ ਵੱਲੋਂ ਆਪਣੀ ਆਪ ਬੀਤੀ ਪੁਲਿਸ ਪ੍ਰਸ਼ਾਸਨ ਨੂੰ ਦੱਸੀ ਗਈ। ਉੱਥੇ ਹੀ SP ਹੈੱਡਕੁਆਰਟਰ ਨੇ ਮਾਮਲੇ ਦੀ ਜਾਂਚ ਕਰਨ ਅਤੇ ਕੁੜੀ ਨੂੰ ਨਸ਼ਾ ਛੁਡਾਓ ਸੈਂਟਰ ਭੇਜਣ ਦੀ ਗੱਲ ਆਖੀ। ਪੀੜਤ ਲੜਕੀ ਨੇ ਦੱਸਿਆ ਹੈ ਕਿ ਉਹ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਲੰਬੇ ਸਮੇਂ ਤੋਂ ਉਹ ਮੋਗਾ ਦੇ ਗੋਦੇਵਾਲਾ ਨੇੜੇ ਰਹਿੰਦੀ ਹੈ। ਉਸਦੀ ਮਾਂ ਦੀ ਮੌਤ ਹੋ ਚੁੱਕੀ ਹੈ ਅਤੇ ਹੋਰ ਉਸਦਾ ਕੋਈ ਨਹੀਂ ਹੈ। ਕੁੜੀ ਦੇ ਮੁਤਾਬਿਕ 12 ਸਾਲ ਦੀ ਉਮਰ ਵਿੱਚ ਉਸਦੀ ਦੋਸਤ ਨੇ ਉਸਨੂੰ ਨਸ਼ੇ ਦੀ ਲੱਤ ਲਵਾ ਦਿੱਤੀ ਅਤੇ ਉਹ ਆਪਣੀ ਲੋੜ ਪੂਰੀ ਕਰਨ ਦੇ ਲਈ ਬਿਊਟੀ ਪਾਰਲਰ ਅਤੇ ਹੋਰ ਥਾਂ ਕੰਮ ਕਰਨ ਲੱਗੀ। ਉਸਨੇ ਦੱਸਿਆ ਹੈ ਕਿ ਉਸਨੂੰ ਨਸ਼ਾ ਬੜੀ ਆਸਾਨੀ ਨਾਲ ਆਪਣੇ ਘਰ ਦੇ ਨੇੜੇ ਹੀ ਮਿਲ ਜਾਂਦਾ ਸੀ, ਪਰ ਹੁਣ ਉਸਨੇ ਨਸ਼ਾ ਛੱਡਣ ਦਾ ਸੋਚਿਆ ਅਤੇ ਸਤਿਕਾਰ ਕਮੇਟੀ ਨਾਲ ਸੰਪਰਕ ਕੀਤਾ। ਪੀੜਤਾ ਨੇ ਦੱਸਿਆ ਹੈ ਕਿ ਉਸਨੇ ਪੁਲਿਸ ਨੂੰ ਸਾਰਾ ਕੁਝ ਦੱਸ ਦਿੱਤਾ ਹੈ ਕਿ ਕਿਹੜੇ ਕਿਹੜੇ ਮੁੰਡੇ ਕਿੱਥੋਂ ਕਿੱਥੋਂ ਨਸ਼ਾ ਵੇਚਦੇ ਹਨ। ਉੱਥੇ ਹੀ ਸਤਿਕਾਰ ਕਮੇਟੀ ਦੇ ਮੈਂਬਰ ਰਾਜਾ ਸਿੰਘ ਨੇ ਦੱਸਿਆ ਹੈ ਕਿ ਅੱਜ ਵੀ ਹਰ ਗਲੀ ਹਰ ਮੁਹੱਲੇ ਵਿੱਚ ਨਸ਼ਾ ਮਿਲ ਜਾਂਦਾ ਹੈ। ਜਦ ਤੱਕ ਪੁਲਿਸ ਨਸ਼ੇ ਦੇ ਸੌਦਾਗਰਾਂ ਨੂੰ ਫੜ ਕੇ ਅੰਦਰ ਨਹੀਂ ਕਰਦੀ, ਉਦੋਂ ਤੱਕ ਨਸ਼ੇ 'ਤੇ ਲਗਾਮ ਨਹੀਂ ਪੈ ਸਕਦੀ। ਜਿਹੜੀ ਇਹ ਬੱਚੀ ਹੈ ਜੀ, ਕਾਫੀ ਚਿੱਟੀ ਦੀ ਜਿਹੜੀ ਲੱਤ ਦੇ ਵਿੱਚ ਜਾ ਚੁੱਕੀ ਆ, ਇਹਨੇ ਵਿਚਾਰੀ ਨੇ ਹੁਣ ਇਹ ਨਸ਼ਾ ਜਿਹੜਾ ਛੱਡਣਾ ਜ਼ਰੂਰੀ ਹੈ। ਇਹਨੇ ਆਪ ਹੀ ਸਾਡੇ ਨਾਲ ਸਾਰਿਆਂ ਨਾਲ ਸੰਪਰਕ ਕੀਤਾ ਵੀ ਮੇਰਾ ਜਿਹੜਾ ਨਸ਼ਾ ਛੁਡਾਇਆ ਜਾਵੇ। ਹਿੰਦੂ ਪਰਿਵਾਰ ਦੇ ਵਿੱਚੋਂ ਇਹ ਬੱਚੀ ਹੈ ਇੱਕ, ਜਦੋਂ ਸਾਨੂੰ ਪਤਾ ਲੱਗਾ ਤਾਂ ਅਸੀਂ ਜੀ ਪੂਰੀ ਕੋਸ਼ਿਸ਼ ਕੀਤੀ, ਉਦੋਂ ਬਾਅਦ ਹੋਸਪਿਟਲਾਂ ਦੇ ਵਿੱਚ ਵੀ ਕੋਸ਼ਿਸ਼ ਕੀਤੀ, ਪਰ ਇਹ ਨਾਬਾਲਗ ਹੋਣ ਦਾ ਕਰਕੇ ਜਿਹੜੇ ਪ੍ਰਾਈਵੇਟ ਹੋਸਪਿਟਲ ਆ ਉਹ ਐਡਮਿਟ ਨਹੀਂ ਕਰ ਰਹੇ ਵੀ ਇਹ ਨਾਬਾਲਗ ਹੈ, ਇੱਕ ਦਾ ਕੋਈ ਵਾਰਸ ਹੈ ਨਹੀਂ ਹੈ ਬੱਚੀ ਦਾ। ਇੱਕ ਇਹਦੀ ਵੱਡੀ ਗੱਲ ਇਹ ਹੈ ਵੀ ਇਹ ਜਿਹੜੀ ਬੱਚੀ ਆ 12 ਸਾਲ ਦੀ ਉਮਰ ਦੇ ਵਿੱਚ ਆ ਜਿਹੜਾ ਇਹ ਇਸ ਚਿੱਟੇ ਵਾਲੇ ਪਾਸੇ ਆ ਗਈ, ਅਤੇ ਜਿਹੜੀ ਅੱਜ ਵੀ ਇਹ ਨਿਕਲ ਸਕਦੀ ਹੈ ਕਿਉਂਕਿ ਇਹ ਸਰੀਰ ਆ ਜਿਹੜਾ ਬਿਲਕੁਲ ਮਜ਼ਬੂਤ ਆ, ਕੋਈ ਚਿੱਟੇ ਨੇ ਜਿੰਨਾ ਕੁ ਨੁਕਸਾਨ ਕੀਤਾ ਕਰਤਾ। ਪਰ ਜੇ ਸਰਕਾਰ ਇਹਦੀ ਮਦਦ ਕਰੇ ਅਤੇ ਸਰਕਾਰ ਦੇ ਸਹਿਯੋਗ ਦੇ ਨਾਲ ਇਹ ਨਿਕਲ ਸਕਦੀ ਆ, ਕੋਈ ਇੱਡੀ ਵੱਡੀ ਗੱਲ ਨਹੀਂ। ਕਿਸ ਤਰ੍ਹਾਂ ਇਹਨੂੰ ਨਸ਼ੇ ਲੱਤ ਲੱਗੀ, ਤੁਹਾਨੂੰ ਇਹਨੇ ਕੁਝ ਦੱਸਿਆ ਕਿੱਥੋਂ ਅਰੇਂਜਮੈਂਟ ਪੈਸਿਆਂ ਦਾ ਕਰਦੀ ਸੀ? ਇਹਨੇ ਜਿਹੜਾ ਦੱਸਿਆ ਜੀ, ਇਹ ਤਾਂ ਪਾਰਲਰ 'ਤੇ ਕੰਮ ਕਰਦੀ, ਉੱਥੋਂ ਜਿਹੜਾ ਇਹ ਪੈਸਿਆਂ ਦਾ ਪ੍ਰਬੰਧ ਕਰਦੀ ਸੀਗੀ। ਅਤੇ ਜਿਹੜੀ ਚਿੱਟੇ ਦੀ ਲੱਤ ਆ, ਇਹਦੀ ਮਾਤਾ ਜਿਹੜੀ 12 ਸਾਲ ਦੀ ਉਮਰ ਦੇ ਵਿੱਚ ਉਹਦੀ ਡੈਥ ਹੋ ਗਈ, ਉਦੋਂ ਬਾਅਦ ਕੁਛ ਤਾਂ ਡਿਪਰੈਸ਼ਨ ਉਹ ਮਾਤਾ ਦਾ ਹੋ ਗਿਆ, ਅਤੇ ਇਹਦੇ ਪਿਤਾ ਜੀ ਇਹਨੂੰ ਛੱਡ ਕੇ ਚਲੇ ਗਏ। ਅਤੇ ਉਦੋਂ ਬਾਅਦ ਦੇ ਵਿੱਚ ਜਿਹੜੀਆਂ ਲੋਕ ਸੀਗੇ, ਲੋਕਾਂ ਨੇ ਆਪਣੇ ਕੰਮ ਕਰਾਉਣ ਨੂੰ ਕਿਸੇ ਨੇ ਕੰਮ 'ਤੇ ਰੱਖ ਲਈ ਜਾਂ ਇੱਦਾਂ ਰੋਟੀ ਦਿੰਦਿਆਂ ਦਿੰਦਿਆਂ, ਹੌਲੀ ਹੌਲੀ ਇਹ ਬੱਚੀ ਡਿਪਰੈਸ਼ਨ ਦੇ ਵਿੱਚ, ਫਿਰ ਉਹਨਾਂ ਬੰਦਿਆਂ ਨੇ ਹੌਲੀ ਹੌਲੀ ਇਹਨੂੰ ਚਿੱਟਾ ਦੇਣਾ ਜਿਹੜਾ ਸ਼ੁਰੂ ਕਰ ਦਿੱਤਾ। ਅਜੇ ਉਹ ਕਰ ਰਹੇ ਆ ਜੀ, ਅਜੇ ਕੋਈ ਕਿਸੇ ਬੰਨੇ ਗੱਲ ਆਈ ਨਹੀਂ। ਅਸੀਂ ਚਾਹੁੰਦੇ ਹਾਂ ਵੀ ਇਹ ਬੱਚੀ ਦਾ ਪ੍ਰੋਪਰ ਇਲਾਜ ਕਰਾ ਦੇ ਸਰਕਾਰ, ਜਿੰਨਾ ਟਾਈਮ ਵੀ ਚੱਲਦਾ ਉਦੋਂ ਬਾਅਦ ਇਹ ਨਾਬਾਲਗ ਹੁੰਦਾ ਕਰਕੇ ਉਦੋਂ ਬਾਅਦ ਇਹਦਾ ਪ੍ਰਬੰਧ ਕੀਤਾ ਜਾਵੇ, ਜਾਂ ਵਾਰਸ ਇਹਦੇ ਹੈ ਨਹੀਂ ਵੀ ਇਹਨੂੰ ਕਿਸੇ ਉਹਨਾਂ ਦੇ ਸੈਂਟਰ ਦੇ ਵਿੱਚ ਉਦੋਂ ਬਾਅਦ ਵੀ ਭੇਜਿਆ ਜਾਵੇ। ਨਹੀਂ ਤਾਂ ਜ਼ਿਆਦਾਤਰ ਜਿਹੜੀ ਸਰਕਾਰ ਆ ਦੱਸਦਿਆਂ ਸੈਂਟਰ 'ਚ ਰੱਖਦੀ, ਉਦੋਂ ਬਾਅਦ ਦੇ ਵਿੱਚ ਬੱਚੇ ਆ ਜਿਹੜੇ ਉਹਨੂੰ ਕੱਢ ਦਿੰਦੀ ਆ ਵੀ ਜਾਓ, ਅਤੇ ਫਿਰ ਉਸੇ ਥਾਂ 'ਤੇ ਚਲੇ ਜਾਂਦੇ ਆ। ਹਾਂਜੀ, ਬੱਚੀ ਜੇਲ੍ਹ ਲੈ ਕੇ ਆਏ ਸੀ ਸਤਿਕਾਰ ਕਮੇਟੀ ਵਾਲੇ, ਉਹਨਾਂ ਨੂੰ ਉਸ ਬੱਚੀ ਨੇ ਅਪਰੋਚ ਕੀਤਾ ਸੀ, ਜਿਹੜੀ ਹੈ ਡਰੱਗ ਦੇ ਵਿੱਚ ਐਡਿਕਟ ਹੋ ਗਈ ਹੈ ਅਤੇ ਕਾਫੀ ਉਸਨੂੰ 3-4 ਸਾਲ ਤੋਂ ਡਰੱਗ ਲੈ ਰਹੀ ਹੈ, ਪਰ ਹੁਣ ਉਹ ਛੱਡਣਾ ਚਾਹੁੰਦੀ ਹੈ। ਅਤੇ ਉਹਨਾਂ ਨੇ ਸਾਡੇ ਕੋਲ ਅਪਰੋਚ ਕੀਤਾ ਔਰ ਅਸੀਂ CDPO ਮੈਮ ਨਾਲ, SMO ਨਾਲ ਗੱਲ ਕੀਤੀ ਹੈ। ਅਤੇ ਇਹਦਾ ਇੱਕ ਕਪੂਰਥਲਾ ਸੈਂਟਰ ਹੈ ਜੀ, ਜਿੱਥੇ ਫੀਮੇਲ ਨੂੰ ਰੱਖਿਆ ਜਾਂਦਾ ਹੈ, ਜਾਂ ਡਰੱਗ ਡੀ ਐਡਿਕਸ਼ਨ ਸੈਂਟਰ ਹੈ। ਅਤੇ ਦੂਸਰਾ ਅਸੀਂ ਇਹ ਵੀ ਇਸ ਦਾ ਫਸਟ ਆਫ ਆਲ ਇਹਦਾ ਟ੍ਰੀਟਮੈਂਟ ਹੋਵੇ, ਤਾਂ ਅਸੀਂ DSP ਹੈੱਡਕੁਆਰਟਰ ਦੀ ਡਿਊਟੀ ਲਾਈ ਹੈ। ਇਹਨਾਂ ਨੂੰ ਇਹ ਬੱਚੀ ਨੂੰ ਅਸੀਂ ਪਹਿਲਾਂ ਮੈਡੀਕਲ ਕਾਲਜ ਜਿਹੜਾ ਫਰੀਦਕੋਟ, ਉੱਥੇ ਇਸ ਨੂੰ ਇਲਾਜ ਲਈ ਭੇਜਾਂਗੇ।
ਉਸ ਤੋਂ ਬਾਅਦ ਇਹਦੀ ਜਦੋਂ ਤੁਹਾਡੀ ਡੀਟੋਕਸੀਫਾਈ ਹੋ ਜਾਏਗੀ ਤਾਂ ਫਰਦਰ ਫਿਰ ਇਸ ਦਾ ਅਸੀਂ ਦੇਖਾਂਗੇ ਵੀ ਅੱਗੇ ਡੀ ਐਡਿਕਸ਼ਨ ਸੈਂਟਰ ਕਿਹੜੇ ਦੇ ਵਿੱਚ ਭੇਜਣਾ। ਉਹਨੂੰ ਦੱਸਿਆ ਕੁਛ ਨਸ਼ਾ ਕਿਸ ਚੀਜ਼ ਦਾ ਕਰਦੇ ਸੀ? ਜਿਹੜਾ ਨਸ਼ਾ ਤਾਂ ਜੀ ਅੱਜ ਕੱਲ੍ਹ ਇਹੀ ਹੈ ਜਿਹੜਾ ਡਰਗ ਚੱਲ ਰਿਹਾ ਹੈ ਚਿੱਟੇ ਵਗੈਰਾ ਦਾ। ਉਹਨੂੰ ਕੁਛ ਦੱਸਿਆ ਵੀ ਕੁਛ ਬੰਦੇ ਹੈ ਜਿਹਨਾਂ ਤੋਂ ਨਸ਼ਾ ਲੈਂਦੀ ਸੀ, ਅਸੀਂ ਉਹਨਾਂ ਨੂੰ ਵੀ ਆਈਡੈਂਟੀਫਾਈ ਕਰ ਰਹੇ ਹਾਂ ਜੀ, ਕਰਕੇ ਜੋ ਉਹਨਾਂ ਦੇ ਅਗੇਂਸਟ ਕਾਰਵਾਈ ਹੈ ਉਹ ਅਸੀਂ ਕਰ ਰਹੇ ਹਾਂ ਜੀ।